ਗੱਲ ਮੇਰੀ, ਮੈਂ ਕੋਈ ਮਾੜੀ ਮੋਟੀ ਭਾਵਾਂ ਗਰੀਬ ਆ ਭਾਵਾਂ ਅਮੀਰ ਹੈ, ਭਾਵਾਂ ਕੁਛ ਵੀ ਆ, ਆਪਦੇ ਘਰੇ ਸ਼ਰੇ ਆਮ ਮੁੰਡੇ ਚੱਕੇ ਜਾ ਰਹੇ ਛੋਟੀ ਉਮਰ ਦੇ, ਆ ਜਵਾਕ ਦੇਖੀ ਮੇਰੇ ਅੰਦਰ ਐਡੇ ਐਡੇ ਜਵਾਕ ਗੰਗਾਨਗਰ ਦੇ ਵਿੱਚੋਂ, ਮਟੀਨੀ ਦੇ ਵਿੱਚੋਂ, ਹਨੂਮਾਨਗੜ੍ਹ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਪੂਰੇ ਪੰਜਾਬ ਤੇ ਪੂਰੇ ਹਰਿਆਣੇ ਦੇ ਵਿੱਚੋਂ, ਹਰ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਬੱਚੇ ਚੱਕੇ ਜਾ ਰਹੇ ਆ। ਪਰ ਮੈਂ ਸਰਕਾਰ ਨੂੰ ਇਹ ਗੱਲ ਅਪੀਲ ਕਰਦਾ ਵੀ ਕਿੱਥੇ ਆ ਉਹ ਸਰਕਾਰ ਜਿਹੜੇ ਅੱਜ ਛੋਟੇ ਛੋਟੇ ਬੱਚੇ, ਮੈਂ ਇਸ ਵੇਲੇ ਹਨੇਰੇ 'ਚ ਦੀਂਦਾ ਨਹੀਂ ਮੇਰੇ ਕੋਲ, ਮੈਂ ਚਲਾਵਾਂ ਉਹ ਬੱਚਿਆਂ ਦੀਆਂ ਕਿਡਨੀਆਂ ਕੱਢ ਰਹੇ ਆ। 8 ਕਰੋੜ ਦਾ ਉਹ ਜਵਾਕ ਵਿਕਦਾ ਜਿਹੜੇ ਖਬਰਾਂ ਦੇ ਵਿੱਚ ਸੁਣਦੇ ਆ, ਉਹਦੀਆਂ ਅੱਖਾਂ, ਉਹਦੀ ਕਿਡਨੀ, ਉਹਦਾ ਲੀਵਰ ਵਿਕਦਾ, ਉਹ ਕਿੱਥੇ ਆ, ਕਿੱਥੇ ਜਾਂਦਾ ਉਹ, ਜਿਹੜੀ ਮਾਂ ਦਾ ਅੱਜ ਇੱਕ ਪੁੱਤ ਗੱਭਰੂ ਜੰਮਿਆ, ਉਹਨੇ 4 ਸਾਲ ਦਾ ਹੋਇਆ, ਉਹਨੂੰ ਦੁੱਧ ਪਿਆਇਆ, ਚੱਕ ਕੇ ਉਹ ਭੁਲੇਖੇ ਨਾਲ ਟੋਫੀ ਦੇ ਕੇ ਉਹਨੂੰ ਲੈ ਗਿਆ, ਉਹ ਕਿੱਥੇ ਜਾਂਦਾ, ਮੈਂ ਸਰਕਾਰ ਨੂੰ ਪੁੱਛਦਾ। ਅਸਲ ਦੇ ਵਿੱਚ ਮੈਂ ਮੋਦੀ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਤੇਰੀ ਸਰਕਾਰ ਕਿੱਥੇ ਬੋਲਦੀ ਹੈ, ਜਿਹੜੇ ਤੇਰੇ ਵਾਅਦੇ ਸੀ ਉਹ ਕਿੱਥੇ ਗਏ, ਤੂੰ ਹੁਣ ਤੂੰ ਸਾਡੇ ਜਵਾਕਾਂ ਤੇ ਆ ਗਿਆ, ਹੋਰ ਨਹੀਂ ਕੁਛ ਕਰ ਸਕਦਾ, ਉਹ ਤੂੰ ਕਿਸੇ ਵਾਸਤੇ ਤਾਂ ਸੋਚ ਲਾ। ਮੈਂ ਤੈਨੂੰ ਇਹ ਅਪੀਲ ਕਰਦਾ, ਮੈਨੂੰ ਚੱਕ, ਮੇਰੇ ਗੱਲ ਦੇ ਵਿੱਚ ਪਾ ਦੇ, ਮੇਰੇ ਗੱਲ ਦੇ ਵਿੱਚ ਫਾਹਾ ਪਾ ਕੇ ਸਰਕਾਰ ਦੇ ਸਾਹਮਣੇ। ਮੈਂ ਪੁੱਛਣਾ ਚਾਹੁੰਦਾ ਡਾਕਟਰ ਵਿਕ ਗਏ ਵੀ ਡਾਕਟਰ ਵਿਕ ਗਏ ਕਿ ਮੀਡੀਆ ਵਿਕ ਗਿਆ ਕਿ ਡਾਕਟਰ ਵਿਕ ਗਏ ਕਿ ਤੂੰ ਵਿਕ ਗਿਆ। ਮੈਂ ਅਪੀਲ ਕਰਦਾ ਕਿ ਤੂੰ ਵਿਕ ਗਿਆ। ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਜਿੱਤਦਾ ਜਦੋਂ ਕ੍ਰਿਕਟ ਦੇ ਵਿੱਚ ਲੋਕ ਤਾੜੀਆਂ ਮਾਰਦੇ ਆ ਕਿ ਪਾਕਿਸਤਾਨ ਜਿੱਤ ਗਿਆ, ਓਏ ਕੰਜਰੋ, ਹਿੰਦੁਸਤਾਨ ਪਾਕਿਸਤਾਨ ਬਣਾਤਾ, ਹਿੰਦੁਸਤਾਨ ਨੂੰ ਪਾਕਿਸਤਾਨ ਬਣਾਤਾ ਤੁਸੀਂ ਲੋਕਾਂ ਨੇ। ਪਰ ਤੁਸੀਂ ਸੋਚ ਕੇ ਚੱਲੋ, ਮੈਂ ਇੱਕ ਗਰੀਬ ਮਾਂ ਪੁੱਤ ਦਾ ਪੁੱਤ ਹੈ, ਮੈਂ ਦਿਹਾੜੀ ਕਰਦਾ, ਮਜ਼ਦੂਰੀ ਕਰਦਾ, ਮੈਂ ਮੇਰੇ ਇੱਕ ਛੋਟਾ ਜਿਹਾ ਹੋਟਲ ਚਲਾਉਣਾ ਜਿਹਦੇ ਕੋਲ ਕਾਰ ਟੈਕਸ ਚਲਾਉਂਦਾ ਸੀ, ਜਿਹੜੀ ਨੂੰ ਮੋਦੀ ਨੇ ਬੰਦ ਕੀਤੀ ਹੈ, ਉਹ ਵੀ ਅਸੀਂ 97 ਮਾਡਲ ਚਲਾ ਨਹੀਂ ਸਕਦੇ। ਅੱਜ ਮੈਂ ਲੋਕਾਂ ਦੇ ਝੂਠੇ ਭਾਂਡੇ ਮਾਜ ਕੇ ਮੇਰਾ ਟਾਈਮ ਪਾਸ ਕਰਦਾ। ਮਿੱਤਰੋ, ਆਰਕੈਸਟਰ ਵਾਲਾ ਮੇਰਾ ਨਾਮ ਹੈ, ਪਿੰਡ ਚੱਕ ਸੋਹਣੇ ਵਾਲਾ ਮੇਰਾ ਪਿੰਡ ਹੈ, ਸ਼੍ਰੀ ਗੰਗਾਨਗਰ ਮੈਨੂੰ ਜ਼ਿਲ੍ਹਾ ਪੈਂਦਾ, ਤਹਿਸੀਲ ਸਾਧੂ ਸ਼ਹਿਰ ਮੇਰਾ ਪਿੰਡ ਹੈ, ਜਦੋਂ ਮਰਜ਼ੀ ਅੱਗੇ ਫਾਹੇ ਨਾਲ ਟੰਗ ਲਓ। ਮੈਂ ਅਪੀਲ ਕਰਨਾ ਚਾਹੁੰਦਾ ਵੀ ਅਸੀਂ ਵਿਕ ਗਏ, ਮੀਡੀਆ ਵਿਕ ਗਿਆ ਕਿ ਪੁਲਿਸ ਵਿਕ ਗਈ, ਸਾਡੇ ਛੋਟੇ ਛੋਟੇ ਜਵਾਕ ਕਿਉਂ ਚੱਕੇ ਜਾਂਦੇ ਆ। ਮਟੀਲੀ ਦੇ ਵਿੱਚ ਕੈਮਰੇ ਲੱਗੇ ਆ, ਜਿੱਥੇ ਕੋਈ ਕਾਰਵਾਈ ਹੁੰਦੀ ਉਹ ਕੈਮਰੇ ਬੰਦ ਹੁੰਦੇ ਆ ਉਸ ਵੇਲੇ। ਗੰਗਾਨਗਰ ਦੇ ਵਿੱਚ ਕੈਮਰੇ ਲੱਗੇ ਆ, ਜਦੋਂ ਕੋਈ ਕਾਰਵਾਈ ਹੁੰਦੀ ਉਹ ਕੈਮਰੇ ਬੰਦ ਹੁੰਦੇ ਆ ਉਸ ਵੇਲੇ। ਕਿਉਂ, ਕੀ ਗੱਲ ਆ, ਅਸੀਂ ਪੁੱਛਣਾ ਚਾਹੁੰਦੇ ਆ ਇਸ ਚੀਜ਼ ਨੂੰ। ਅਸੀਂ ਮਰ ਗਏ, ਮੋਦੀ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ। ਮੈਂ ਅਪੀਲ ਕਰਦਾ, ਮੇਰੀ ਇਹ ਵੀਡੀਓ ਸ਼ੇਅਰ ਕਰਿਓ ਤੇ ਮੋਦੀ ਤੱਕ ਪਹੁੰਚਣੀ ਚਾਹੇ। ਮੋਦੀ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ। ਮੋਦੀ, ਓਏ ਤੂੰ ਪਿਆਰਿਆ ਗੱਲ ਕਰਦਾ ਵੀ ਮਨ ਕੀ ਬਾਤ, ਓਏ ਪਿਆਰਿਆ ਥੱਲੋਂ ਪਤਾ ਨੀ ਕੀ ਕੁਛ ਹੋਈ ਜਾਂਦਾ, ਤੂੰ ਮਨ ਕੀ ਬਾਤਾਂ ਜੀ ਫਿਰਦਾ। ਓਏ ਲੋਕਾਂ ਨੂੰ ਤੂੰ ਟਾਇਲਟ ਦਿੱਤੇ ਖੋਲਣ ਨੂੰ, ਇੱਥੇ ਰਾਜਸਥਾਨ ਦੇ ਵਿੱਚ ਆ ਕੇ ਵੇਖ, ਨਰੇਗਾ ਨੀ ਪੂਰੀ ਮਿਲਦੀ ਲੋਕਾਂ ਨੂੰ, GNPN ਵਰਗੇ ਖਾ ਜਾਂਦੇ, ਸੈਕਟਰੀ ਖਾ ਜਾਂਦੇ ਆ ਲੋਕਾਂ ਨੇ, ਖੁਈਆਂ ਬਣਾਈਆਂ, ਟਾਈਲਟਾਂ ਬਣਾਈਆਂ, ਅਜੇ ਲੋਕ ਰੋਂਦੇ ਫਿਰਦੇ, ਕਿਸੇ ਨੂੰ ਕੋਈ ਪੈਸੇ ਨਹੀਂ ਮਿਲੇ ਉਹਨਾਂ ਦੇ।